ਹੈਲੋ ਦੋਸਤੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਯੂਟਿਊਬ ਚੈਨਲ ਕਾਰਦੀਪ ਸਿੰਘ ਵਿੱਚ। ਅੱਜ ਅਸੀਂ ਇੱਕ ਹੋਰ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਏ ਜਿਹਦੇ ਵਿੱਚ ਦੱਸਾਂਗੇ ਆਪਾਂ CSE ਦੇ ਥਰੂ ਆਪਾਂ ਗੈਸ ਸਿਲੰਡਰ ਕਿੱਦਾਂ ਬੁੱਕ ਕਰ ਸਕਦੇ ਹਾਂ। ਜੇ ਵੀਡੀਓ ਚੰਗੀ ਲੱਗੇ ਲਾਈਕ ਕਰ ਦੇਣਾ, ਚੈਨਲ ਸਬਸਕ੍ਰਾਈਬ ਕਰ ਦੇਣਾ। ਚਲੋ ਕਰਦੇ ਹਾਂ ਵੀਡੀਓ ਸ਼ੁਰੂ। ਸਭ ਤੋਂ ਪਹਿਲਾਂ ਆਪਾਂ ਡਿਜੀਟਲ ਸੇਵਾ ਪੋਰਟਲਾਂ ਲੌਗਇਨ ਹੋਣ ਦੀਆਂ। ਲੌਗਇਨ ਹੋਣ ਤੋਂ ਬਾਅਦ ਆਪਾਂ ਸਰਵਿਸ ਵਾਲੀ ਆਪਸ਼ਨ ਤੇ ਕਲਿੱਕ ਕਰਨਾ। ਸਰਵਿਸ ਵਾਲੀ ਆਪਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਆਪਾਂ ਇੱਥੇ ਲਿਖਣਾ LPG। ਠੀਕ ਹੈ ਜੀ, ਆ ਗਿਆ ਆਪਣਾ LPG ਤੇ ਕਲਿੱਕ ਹੇਠ ਤੋਂ ਕਰਨ ਤੋਂ ਬਾਅਦ। ਠੀਕ ਹੈ ਜੀ, ਜੇ ਵੀਡੀਓ ਚੰਗੀ ਲੱਗੇ ਲਾਈਕ ਕਰ ਦੇਣਾ, ਚੈਨਲ ਸਬਸਕ੍ਰਾਈਬ ਕਰ ਦੇਣਾ। ਠੀਕ ਹੈ ਜੀ, ਤੁਸੀਂ ਦੇਖ ਸਕਦੇ ਆਪਣੇ ਡਿਜੀਟਲ ਸੇਵਾ ਪੋਰਟਲ ਨਾਲ ਲੌਗਇਨ ਕਰ ਲੈਣਾ ਇਹਨੂੰ ਆਪਾਂ। ਠੀਕ ਹੈ ਜੀ, ਪ੍ਰੋਸੀਡ ਤੇ ਕਲਿੱਕ ਕਰਨਾ। ਪ੍ਰੋਸੀਡ ਤੇ ਕਲਿੱਕ ਕਰਨ ਤੋਂ ਬਾਅਦ ਆਪਾਂ LPG ਬੁੱਕ ਯੂਰ LPG ਸਿਲੈਂਡਰ ਥਰੂ CSE ਤੇ ਕਲਿੱਕ ਕਰਨਾ। ਕਲਿੱਕ ਕਰਨ ਤੋਂ ਬਾਅਦ ਆਪਾਂ ਵੇਖਣਾ ਆਪਣੀ ਕਿਹੜੀ ਕੰਪਨੀ ਦਾ ਵਾ। ਠੀਕ ਹੈ ਜੀ, ਇੱਥੇ ਆਪਾਂ ਆਪਣਾ ਡਿਸਟ੍ਰੀਬਿਊਟਰ ਸਿਲੈਕਟ ਕਰਨਾ, ਡਿਸਟ੍ਰੀਬਿਊਟਰ ਕਿਹੜਾ ਆਪਣਾ। ਠੀਕ ਹੈ ਜੀ, ਇੱਥੇ ਆਪਾਂ ਕੰਜ਼ੂਮਰ ਨੰਬਰ ਪਾਉਣਾ, ਜੋ ਕਿ ਗੈਸ ਸਿਲੈਂਡਰ ਦੀ ਬੁੱਕ ਦੇ ਹੁੰਦਾ ਵਾ, ਉਹ ਆਪਾਂ ਪਾ ਕੇ ਸਬਮਿਟ ਕਰ ਦੇਣਾ। ਸਬਮਿਟ ਕਰਨ ਤੋਂ ਬਾਅਦ ਇਹ ਥੋੜ੍ਹਾ ਪ੍ਰੋਸੈਸ ਹੋਊਗਾ। ਜੇ ਵੀਡੀਓ ਚੰਗੀ ਲੱਗੇ ਲਾਈਕ ਕਰ ਦੇਣਾ, ਚੈਨਲ ਸਬਸਕ੍ਰਾਈਬ ਕਰ ਦੇਣਾ। ਠੀਕ ਹੈ ਜੀ, ਹਾਂਜੀ, ਮੈਂ ਆਪਣਾ ਪਿਛਲੀ ਆਪਣੀ ਸੀਰੀਜ਼ ਚੱਲਣ ਦੀ ਸੋਰਸ ਦੀ, ਜੇ ਤੁਸੀਂ ਉਹ ਨਹੀਂ ਵੇਖੀ ਤਾਂ ਮੇਰਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦੂੰਗਾ, ਉਹ ਤੁਸੀਂ ਉਹ ਸੀਰੀਜ਼ ਵੇਖ ਸਕਦੇ ਜੀ। ਹਾਂਜੀ, ਇਹ ਤੁਸੀਂ ਵੇਖ ਸਕਦੇ ਜੀ ਆਪਣਾ ਆਪਣੀ ਪੂਰੀ ਡਿਟੇਲ ਆ ਕੇ ਆਪਾਂ ਕਰਾਂਗੇ ਮੇਕ ਪੇਮੈਂਟ ਤੇ ਕਲਿੱਕ। ਮੇਕ ਪੇਮੈਂਟ ਤੇ ਕਲਿੱਕ ਕਰਨ ਤੋਂ ਬਾਅਦ ਆਪਣੀ ਪੇਮੈਂਟ ਦੀ ਆਪਸ਼ਨ ਇੱਥੇ ਆਪਾਂ ਆਪਣਾ CSE ਪਾਸਵਰਡ ਐਂਟਰ ਕਰਨਾ। ਠੀਕ ਹੈ ਜੀ, ਇੱਕ ਫਿਰ ਜੇ ਵੀਡੀਓ ਚੰਗੀ ਲੱਗੇ ਲਾਈਕ ਕਰ ਦੇਣਾ, ਚੈਨਲ ਸਬਸਕ੍ਰਾਈਬ ਕਰ ਦੇਣਾ। ਤੋਂ ਬਾਅਦ ਆਪਾਂ ਆਪਣਾ ਪਿੰਨ ਪਾਵਾਂਗੇ। ਪਿੰਨ ਪਾਉਣ ਤੋਂ ਐਂਟਰ ਕਰਨ ਤੋਂ ਬਾਅਦ ਇਹ ਥੋੜ੍ਹੀ ਪੇਮੈਂਟ ਸਕਸੈਸ ਹੋ ਗਈ। ਠੀਕ ਹੈ ਜੀ, ਸਕਸੈਸ ਹੋਣ ਤੋਂ ਬਾਅਦ ਆ ਤੁਸੀਂ ਵੇਖ ਸਕਦੇ ਆਪਣਾ CSE ID ਆ ਗਈ, ਬੁਕਿੰਗ ਸਕਸੈਸਫੁਲੀ ਹੋ ਗਈ। ਠੀਕ ਹੈ ਜੀ, ਜਿਹੜਾ ਤੁਸੀਂ ਕਸਟਮਰ ਨੂੰ ਪ੍ਰਿੰਟ ਕੱਢ ਕੇ ਦੇ ਸਕਦੇ ਜੀ। ਵੀਡੀਓ ਚੰਗੀ ਲੱਗੇ ਲਾਈਕ ਕਰ ਦੇਣਾ, ਚੈਨਲ ਸਬਸਕ੍ਰਾਈਬ ਕਰ ਦੇਣਾ। ਥੈਂਕ ਯੂ ਫੋਰ ਵਾਚਿੰਗ ਵੀਡੀਓ।